ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਆਪਾਂ ਆਏ ਹਾਂ ਅੰਮ੍ਰਿਤਸਰ ਵਿਖੇ ਕੀਆ ਸ਼ੋਅਰੂਮ, ਜਿਹੜਾ ਕਿ ਨਿਊ ਲਾਂਚਿੰਗ ਕੀਤਾ ਇਹਨਾਂ ਸੈਲਫ ਹਾਊਸ ਦੇ ਨਾਲ। ਅਤੇ ਇਹਨਾਂ ਦੀ ਸੈਕਿੰਡ ਜਿਹੜੀ ਨਿਊ ਗੱਡੀ ਲਿਆਉਂਦੀ ਆ ਕੀਆ ਕਾਰਨੀਵਲ, ਤੁਸੀਂ ਵੇਖ ਸਕਦੇ ਹੋ ਆਪਣੀ ਵੈਬਸਾਈਟ ਲੱਗੀ। ਅੱਜ ਆਪਾਂ ਇਹਦਾ ਰਿਵਿਊ ਤੁਹਾਨੂੰ ਸਾਰਾ ਦਿਖਾਵਾਂਗੇ ਅਤੇ ਫੀਚਰ ਦੱਸਾਂਗੇ ਕਿ ਇਹਨਾਂ ਦੇ ਫੀਚਰ, ਪ੍ਰਾਈਜ਼, ਸਾਰਾ ਇੰਟੀਰੀਅਰ ਸਭ ਕੁਝ ਆਪਾਂ ਦੱਸਾਂਗੇ। ਚਲੋ ਆ ਜਾਓ ਵੀਡੀਓ ਆਪਾਂ ਸ਼ੁਰੂ ਕਰ। ਨਾਮ ਸਾਹਿਲ ਆ ਅਤੇ ਇਹ ਆਪਣੇ ਨੂੰ ਆਪਾਂ ਨੂੰ ਦੱਸਣਗੇ ਪੂਰੀ ਇਨਫੋਰਮੇਸ਼ਨ ਗੱਡੀ ਬਾਰੇ। ਸਟਾਰਟਿੰਗ ਦੇ ਵਿੱਚ ਕਰੀਏ ਤਾਂ ਗੱਲ ਕਰੀਏ ਇਹਦੇ ਵਿੱਚ ਜੋ ਡਿਊਲ ਬੈਰਲ LED ਹੈੱਡਲੈਂਪ ਆਉਂਦੇ ਆ, ਇਹ ਜਿਹੜੇ ਆ ਫੋਗੀ ਸੀਜ਼ਨ ਦੇ ਵਿੱਚ ਵੀ ਉਸ ਤਰ੍ਹਾਂ ਵੀ ਇਹਨਾਂ ਦੀ ਨਾਈਟ ਵਿਜੀਬਿਲਿਟੀ ਬਹੁਤ ਵਧੀਆ ਵਾ, ਬਹੁਤ ਵਧੀਆ ਵਿਜੀਬਿਲਿਟੀ ਪ੍ਰੋਵਾਈਡ ਕਰਦੇ ਆ। ਥੋੜ੍ਹੀ ਜਿਹੀ ਯੈਲੋ ਸ਼ੇਡ ਦੇ, ਬਲੂ ਸ਼ੇਡ ਦੇ ਵਿੱਚ ਲਾਈਟ ਆਉਂਦੀ ਆ ਇਹਦੇ ਵਿੱਚ, ਤੁਸੀਂ ਦੇਖ ਸਕਦੇ ਤੁਹਾਨੂੰ ਪ੍ਰੋਜੈਕਟਰ ਹੈੱਡਲਾਈਟ ਮਿਲਦੇ ਆ। ਇਹ ਹੈੱਡਲੈਂਪ ਜਿਹੜੀ ਪ੍ਰੋਜੈਕਟਰ ਹੈੱਡਲਾਈਟ ਮਿਲਦੀਆਂ ਵੀ LED ਹੈਗੀਆਂ ਨੇ। ਥੱਲੇ ਤੁਸੀਂ ਫੋਗ ਲੈਂਪ ਦੇਖ ਸਕਦੇ, ਇਹ ਵੀ ਤੁਹਾਨੂੰ ਪ੍ਰੋਜੈਕਟਰ 'ਚ ਮਿਲਦੇ ਆ। ਇਹ ਜਿਹੜੇ ਹੈਗੇ ਕਿ LEDs ਹੈਗੇ ਆ, ਅੱਗੇ ਤੁਸੀਂ ਇਹਦੀ ਗ੍ਰਿਲ ਦੇਖ ਸਕਦੇ, ਕੀਆ ਦੀ ਬੈਚਿੰਗ ਜਿਹੜੀ ਕਿ ਬਹੁਤ ਸੋਹਣੀ ਲੱਗਦੀ ਆ। ਉਸ ਤੋਂ ਬਾਅਦ ਹੈੱਡਲੈਂਪ ਦੇ ਵਿੱਚ ਹੀ ਭਾਅ ਜੀ ਜਿਹੜਾ ਵਾ LED ਲਾਈਟ ਦਿੱਤੀ ਹੋਈ ਆ। ਡੇ ਟਾਈਮ 'ਤੇ ਜਦੋਂ ਆਪਾਂ ਇਹਨੂੰ ਔਨ ਕਰਾਂਗੇ, ਇਹਦੀ ਇਹਦੀ ਜਿਹੜੀ ਲਾਈਟ ਆ ਇਹ ਥੋੜ੍ਹੀ ਕਾਫੀ ਜ਼ਿਆਦਾ ਡਾਰਕ ਆ ਇਹਦੀ। ਨੋਰਮਲ ਜੇ ਆਪਾਂ ਗੱਲ ਕਰੀਏ ਸਾਡੀ ਸਾਈਡ ਤੋਂ ਅਸੀਂ ਆਉਂਦੀ ਆ, ਉਹਦੀ ਵੀ ਥੋੜ੍ਹੀ ਜਿਹੀ ਡੈਮੋ ਆਉਂਦੀ, ਇਹਦੀ ਲਾਈਟ ਕਾਫੀ ਜ਼ਿਆਦਾ ਡਾਰਕ ਆਉਂਦੀ ਆ। ਫਰੰਟ ਸੈਂਸਰਸ ਦਿੱਤੇ ਹੋਏ ਇਹਦੇ ਵਿੱਚ, ਫਰੰਟ ਔਰ ਸਾਈਡ ਦੋਵੇਂ ਕਵਰ ਕਰਦੇ ਆ। ਤੁਸੀਂ ਆ ਸੈਂਸਰ ਦੇਖੋਗੇ ਸਾਈਡ ਕਵਰ ਕਰਨਗੇ ਆ, ਸਾਈਡ ਤੋਂ ਵੀ 1 ਫੁੱਟ ਤੱਕ ਜੇ ਕੋਈ ਚੀਜ਼ ਹੈਗੀ ਆ ਤਾਂ ਉਹਨੂੰ ਵੀ ਕਵਰ ਕਰਦੇ। ਠੀਕ ਆ। ਫੋਗ ਲਾਈਟ ਆ ਜਾਂਦੀ ਹੈ ਇਹਦੇ ਵਿੱਚ, LED ਫੋਗ ਲਾਈਟ ਇਹਨੂੰ ਆਪਾਂ ਕਹਿੰਦੇ ਹਾਂ, ਆਈਸ ਕਿਊਬ ਟਾਈਪ LED ਫੋਗ ਲਾਈਟ। ਫੋਗ ਲਾਈਟ ਇਹ ਵੀ ਵਾਈਟ ਕਲਰ ਦੇ ਵਿੱਚ ਆਈ ਵੀ LED ਲਾਈਟ ਦੀ, ਇਹ ਵੀ ਜਿਹੜੀ ਆ ਕਾਫੀ ਵਿਜੀਬਿਲਿਟੀ ਪ੍ਰੋਵਾਈਡ ਕਰਦੇ ਰੋਡ ਦੇ ਉੱਤੇ ਨਾਈਟ ਟਾਈਮ ਤੇ ਵੀ। ਤੇ ਇੰਜਨ ਸਰ ਜਿਹੜਾ ਇਹਦੇ ਵਿੱਚ ਇੰਜਨ ਆਉਂਦਾ, ਇੰਜਨ ਦੀ ਥੋੜੀ ਇਨਫੋਰਮੇਸ਼ਨ ਦੱਸੋ। ਇੰਜਨ ਇਹਦੇ ਚ ਆ ਰਿਹਾ 2.2 liter BS6 ਇੰਜਨ ਆ ਰਿਹਾ ਵਾ, 2200 cc ਦੇ ਵਿੱਚ। ਜਿਹੜੀ ਇਹਦੀ ਪਾਵਰ ਆ, ਪਾਵਰ ਬਹੁਤ ਵਧੀਆ ਵਾ, ਨੋਰਮਲ SUV ਗੱਡੀਆਂ ਤੋਂ ਵੀ ਜ਼ਿਆਦਾ ਪਾਵਰ ਆ, 200 bhp ਪਾਵਰ ਇਹਦੀ। ਠੀਕ ਹੈ। ਟੋਰਕ ਦੀ ਗੱਲ ਕਰੀਏ 440 ਦੀ ਟੋਰਕ ਦਿੰਦੀ ਆ, ਜਿਹੜੀ SUV ਗੱਡੀਆਂ ਨਾਲੋਂ ਵੀ ਉੱਪਰ ਦੀ ਟੋਰਕ ਆ, ਇਹ ਫਸਟ ਜਨ ਸੈਗਮੈਂਟ ਆਈ ਹੈ ਜਿਹੜੀ ਪਾਵਰ ਟੋਰਕ ਇਹਦੇ ਵਿੱਚ। ਫਿਰ 8-speed ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਆ ਰਹੀ ਆ, 8 gear ਆ ਰਹੇ ਇਹਦੇ ਵਿੱਚ। ਠੀਕ ਹੈ। ਅਲੋਏ ਵੀਲ ਜਿਹੜੇ ਇਹਦੇ 'ਚ ਆਉਂਦੇ ਆ, ਕ੍ਰਿਸਟਲ ਕੱਟ ਅਲੋਏ ਵੀਲ ਕਹਿੰਦੇ ਇਹਨਾਂ ਨੂੰ, ਬਹੁਤ ਸੋਹਣੇ ਅਲੋਏ ਵੀਲ ਆ। ਔਰ 18 inch ਦੇ ਇਹਦੇ ਵਿੱਚ ਅਲੋਏ ਵੀਲ ਆ ਰਹੇ ਆ। 18 inch ਹਾਂਜੀ, ਕਾਫੀ ਜਿਹੜੀ ਅਲੋਏ ਵੀਲ ਦੀ ਲਾਈਟ, ਜਿਹਦੇ ਨਾਲ ਗਰਾਊਂਡ ਕਲੀਅਰੈਂਸ ਵੀ ਵਧੀਆ ਮਿਲਦੀ ਆ, ਪਲੱਸ ਸਸਪੈਂਸ਼ਨ ਦੀ ਗੱਲ ਕਰੀਏ ਉਹ ਵੀ ਬਹੁਤ ਵਧੀਆ ਰਹਿੰਦੀ ਹੈ। ਫਿਰ ਸਾਈਡ ਦੀ ਗੱਲ ਕਰੀਏ ਆਪਾਂ, ਸਾਈਡ ਤੋਂ 1 ਤਾਂ ਡੋਰ ਆਪਣਾ ਇਲੈਕਟ੍ਰਿਕ ਡੋਰ ਆ, ਚਾਬੀ ਤੋਂ ਵੀ ਖੋਲ ਦਿੰਦਾ ਵਾ, ਅੰਦਰੂ ਡਰਾਈਵਰ ਵੀ ਖੋਲ ਸਕਦਾ ਅਗਲੀ ਸਾਈਡ ਤੋਂ। ਠੀਕ। ਪਿੱਛੋਂ ਦੇ ਵੀ ਖੋਲ ਦਿੰਦਾ ਅੰਦਰ, ਔਰ ਬੰਦ ਕਰਨਾ ਵੀ ਕਰ ਸਕਦੇ ਹਾਂ। ਰੇਅਰ 'ਤੇ ਦੇਖੀਏ, ਰੇਅਰ 'ਤੇ ਬੂਟ ਵੀ ਜਿਹੜੀ ਆਪਾਂ ਰਿਲੀਜ਼ ਕਰਨੀ ਹੈ, ਇਹਨੂੰ ਵੀ ਆਪਾਂ ਇਲੈਕਟ੍ਰਿਕ ਬੂਟ ਰਿਲੀਜ਼ ਆ, ਇਹ ਵੀ ਚਾਬੀ ਤੋਂ ਕਰ ਸਕਦੇ ਹਾਂ। ਔਰ ਇਹਨੂੰ ਆਪਾਂ ਸੈੱਟ ਵੀ ਕਰ ਸਕਦੇ ਹਾਂ, ਮੰਨ ਲਓ ਛੋਟੀ ਹਾਈਟ ਦਾ ਕੋਈ ਬੰਦਾ ਜਿਹਨੇ ਬੂਟ ਓਪਨ ਕਰਨੇ ਆ, ਉਹ ਪਹਿਲੇ ਸੈੱਟ ਕਰ ਸਕਦਾ ਖੁੱਲ੍ਹਣ ਤੋਂ ਪਹਿਲੇ ਕਿ ਜ਼ਿਆਦਾ ਉੱਪਰ ਨਾ ਜਾਵੇ, ਜਿੱਥੇ ਸੈੱਟ ਕਰੋਗੇ ਉੱਥੋਂ ਤੱਕ ਹੀ ਖੁੱਲ੍ਹੇਗੀ। ਫਿਰ ਸੀਟਸ ਜਿਹੜੀਆਂ ਉਹਦੀਆਂ ਸੈਵਨ ਸੀਟਰ ਇਹਦੇ ਵਿੱਚ ਸੀਟਸ ਜਿਹੜੀਆਂ ਆਉਂਦੀਆਂ ਨੂੰ ਆਪਾਂ ਫੋਲਡ ਕਰ ਸਕਦੇ ਹਾਂ, ਡਿੱਕੀ ਦੇ ਵਿੱਚ ਜਿਹੜੀਆਂ ਵਾ ਫੋਲਡ ਹੋ ਜਾਂਦੀਆਂ ਉਹਦੇ 'ਚ। ਤੁਸੀਂ ਦੇਖ ਸਕਦੇ ਹੋ ਸੀਟ ਜਿਹੜੀਆਂ ਸਾਰੀਆਂ ਪ੍ਰੋਪਰ ਫੋਲਡ ਹੋ ਜਾਂਦੀਆਂ ਨੇ, ਜੋ ਕਿ ਬਹੁਤ ਜ਼ਿਆਦਾ ਬੂਟ ਸਪੇਸ ਬਣ ਜਾਂਦਾ ਵਾ। ਬਾਕੀ ਸਾਰੇ ਦਾ ਸਪੇਅਰ ਵੀਲ ਜਿਹੜਾ ਟਾਇਰ ਇਹਦਾ ਆਉਂਦਾ ਵਾ, ਉਹ ਸਪੇਅਰ ਵੀਲ ਟਾਇਰ ਇਹਦਾ ਆਏਗਾ ਡਰਾਈਵਰ ਸਾਈਡ ਦੀ ਪਿਛਲੀ ਸਾਈਡ 'ਤੇ, ਸਾਈਡ 'ਤੇ ਆਏਗਾ, ਜਿਹੜਾ ਰਿਮੂਵ ਕਰਨਾ ਵੀ ਜਿਹੜਾ ਕਾਫੀ ਆਸਾਨ ਹੈ ਇਹਦੇ ਵੀ। ਠੀਕ। ਔਰ ਬੂਟ ਸਪੇਸ ਜਿਹੜੀ ਇਹਦੀ ਨੋਰਮਲ ਹੁੰਦੀ ਹੈ ਵਿਦਆਊਟ ਸੀਟ ਫੋਲਡ ਕੀਤੇ ਆ, 540 liter ਦੀ ਬੂਟ ਸਪੇਸ ਆਉਂਦੀ ਇਹਦੇ ਵਿੱਚ। ਠੀਕ। ਇਹ ਜਿਹੜੀ ਸਪੇਸ ਆ 7-seater ਤੁਸੀਂ ਕਿਸੇ ਵੀ ਗੱਡੀ 'ਚ ਦੇਖਣ ਨੂੰ ਮਿਲੂਗੀ ਤੁਹਾਨੂੰ। ਠੀਕ। ਬੂਟ ਸਪੇਸ ਸੈਡਾਨ ਗੱਡੀਆਂ 'ਚ ਵੀ ਇੰਨੀ ਬੂਟ ਸਪੇਸ ਆਉਂਦੀ ਵੱਡੀ ਗੱਡੀ 'ਚ। ਅਤੇ ਪਾਰਕਿੰਗ ਸੈਂਸਰ ਬੈਕ ਸਾਈਡ ਦਾ ਨੇ, ਰੇਅਰ ਪਾਰਕਿੰਗ ਸੈਂਸਰ ਦਿੱਤੇ ਹੋਏ ਵਿਦ ਕੈਮਰਾ ਦਿੱਤਾ ਹੋਇਆ ਇਹਦੇ ਵਿੱਚ ਨਾਲ। 4 parking sensor? ਹਾਂ, 4 parking sensor ਆਉਣਗੇ, ਇਹ ਵੀ ਸਾਈਡ ਕਵਰ ਕਰਦੇ ਆ। ਠੀਕ। ਰੇਅਰ ਲਾਈਟਸ ਵੀ ਇਹਦੀਆਂ LED ਆ ਜਾਂਦੀਆਂ, ਪਿਛਲੀਆਂ ਲਾਈਟਸ ਵੀ LED ਆ ਜਿਹੜੀਆਂ ਪਿੱਛੇ ਤੁਸੀਂ ਦੇਖ ਸਕਦੇ ਕਰੋਮ ਫਿਨਿਸ਼ ਬਹੁਤ ਜਿਹੜੀ ਹੈ ਸੋਹਣੀ ਲੱਗਦੀ ਪਈ ਆ, ਅਤੇ ਕੀਆ ਦੀ ਬੈਚਿੰਗ ਡੀਫੋਗਰ ਵਿਦ ਵਾਸ਼ਰ ਤੁਹਾਨੂੰ ਮਿਲਦਾ ਪਿਆ ਵਾ। ਅਤੇ ਚਲੋ ਬਾਕੀ ਆ ਜਾਓ ਫਿਰ ਗੱਡੀ ਦੇ ਅੰਦਰ, ਆਪਾਂ ਜਾ ਕੇ ਦੇਖਦੇ ਹਾਂ। ਇਹਦੇ ਵਿੱਚ ਤੁਹਾਨੂੰ ਕੀਲੈਸ ਐਂਟਰੀ ਮਿਲਦੀ ਆ ਜਿਹੜੀ ਬਹੁਤ ਵਧੀਆ। ਇੰਟੀਰੀਅਰ ਬਹੁਤ ਸੋਹਣਾ ਭਾਅ ਜੀ ਇਹਦਾ, ਪੁਸ਼ ਬਟਨ ਸਟਾਰਟ ਬਟਨ ਦਿੱਤਾ ਹੋਇਆ ਇਹਦੇ ਵਿੱਚ, ਪੁਸ਼ ਬਟਨ ਸਟਾਰਟ ਆ, ਪਲੱਸ ਇਹਦੇ ਵਿੱਚ ਕਰੂਜ਼ ਕੰਟਰੋਲ ਆ ਜਾਂਦਾ ਵਾ। ਫਿਰ
ਤੁਸੀਂ ਟਾਇਰ ਪ੍ਰੈਸ਼ਰ ਚੈੱਕ ਕਰਨਾ ਵਾ, ਟਾਇਰ ਪ੍ਰੈਸ਼ਰ ਮੋਨੀਟਰੀ ਸਿਸਟਮ, ਕਰੂਜ਼ ਕੰਟਰੋਲ ਦਾ ਸਰ ਥੋੜਾ ਜਿਹਾ ਦੱਸੋ ਕੀ ਕਰੂਜ਼ ਕੰਟਰੋਲ ਕਿਵੇਂ? ਕਰੂਜ਼ ਕੰਟਰੋਲ ਹੈ ਜਿਸ ਤਰ੍ਹਾਂ ਤੁਸੀਂ ਹਾਈਵੇ ਤੇ ਜਾ ਰਹੇ ਹੋ, ਮੰਨ ਲਓ ਫੈਮਿਲੀ ਨਾਲ ਆ, ਹੁਣ ਫੈਮਿਲੀ ਨਾਲ ਆ ਤੁਸੀਂ ਇੱਕ ਸਪੀਡ ਤੇ ਜਾਣਾ ਵਾ, ਕਾਫੀ ਦੂਰ ਜਾ ਰਹੇ ਹੋ ਤੁਸੀਂ, ਤੇ ਉਹਦੇ ਵਿੱਚ ਤੁਸੀਂ ਜਿਹੜਾ ਵਾ ਆਪਾਂ ਇਹਨੂੰ ਕਹਿ ਲੈਂਦੇ ਹਾਂ ਕਿ ਪੈਰਾਂ ਨੂੰ ਰੈਸਟ ਮਿਲ ਜਾਂਦੀ ਹੈ ਇੱਕ ਹਿਸਾਬ ਦੀ। ਕਰੂਜ਼ ਕੰਟਰੋਲ ਤੁਸੀਂ ਸਪੀਡ ਸੈੱਟ ਕਰ ਦੇਣੀ ਹੈ, ਇੱਕ 40 ਤੋਂ ਅਬਵ ਸਪੀਡ ਸੈੱਟ ਹੋ ਜਾਂਦੀ ਆ, 120 ਤੱਕ ਇਹਦੇ ਵਿੱਚ ਸਪੀਡ ਸੈੱਟ ਕਰ ਸਕਦੇ ਆਪਾਂ 40 ਤੋਂ, ਜਿੰਨੀ ਤੁਸੀਂ ਸਪੀਡ ਸੈੱਟ ਕਰਨੀ ਆ ਉੱਤੇ ਸਪੀਡ ਸੈੱਟ ਕਰਕੇ ਇਹਨੂੰ ਓਕੇ ਕਰ ਦੇਣਾ ਵਾ। ਉਸ ਤੋਂ ਬਾਅਦ ਤੁਸੀਂ ਰੇਸ ਛੱਡ ਦੇਣੀ ਆ, ਸੇਮ ਸਪੀਡ 'ਤੇ ਚੱਲੀ ਜਾਏਗਾ। ਠੀਕ ਹੈ। ਜੇ ਸਡਨਲੀ ਅੱਗੇ ਕੋਈ ਆ ਵੀ ਜਾਂਦਾ ਵਾ, ਤੁਸੀਂ ਬ੍ਰੇਕ ਅਪਲਾਈ ਕਰਦੇ ਹੋ, ਉਹ ਫਿਰ ਕੈਂਸਲ ਹੋ ਜਾਂਦਾ ਉੱਤੇ, ਦੁਬਾਰਾ ਤੁਸੀਂ ਰੀਸੈੱਟ ਕਰਨਾ ਵਾ, ਸੇਮ ਸਪੀਡ 'ਤੇ ਰੀਸੈੱਟ ਹੁੰਦਾ ਕਰੂਜ਼ ਕੰਟਰੋਲ। ਟਰਾਈ ਜ਼ੋਨ ਇਹਦੇ 'ਚ ਏਸੀ ਹੈ, ਹੁਣ ਮੰਨ ਲਓ ਮੈਂ ਇੱਧਰ ਟੈਂਪਰੇਚਰ ਘੱਟ ਕਰ ਸਕਦਾ ਬਿਲਕੁਲ, ਉੱਧਰ ਤੁਸੀਂ ਟੈਂਪਰੇਚਰ ਬਿਲਕੁਲ ਜ਼ਿਆਦਾ ਵਧਾ ਸਕਦੇ ਹੋ ਆਪਣਾ, ਪਿੱਛੇ ਵਾਲੇ ਅਲੱਗ ਤੋਂ ਟੈਂਪਰੇਚਰ ਸੈੱਟ ਕਰ ਸਕਦੇ ਆ। ਅਤੇ ਇਹਦੇ ਵਿੱਚ ਜਿਹੜਾ ਵਾ ਹਰਮਨ ਗਾਰਡਨ ਦਾ ਸਪੀਕਰ ਸਿਸਟਮ ਆਉਂਦਾ, ਇੱਕ ਸਬ ਵੂਫਰ ਦਿੱਤਾ ਹੋਇਆ, 8 ਸਪੀਕਰ ਨੇ ਇਹਦੇ ਵਿੱਚ ਟੋਟਲ, ਟਵੀਟਰ ਬੂਫਰ ਅਤੇ ਸਪੀਕਰ ਮਿਲਾ ਕੇ। ਹਰਮਨ ਗਾਰਡਨ ਦੀ ਕੁਆਲਿਟੀ ਬਹੁਤ ਵਧੀਆ, ਮਿਊਜ਼ਿਕ ਸਿਸਟਮ ਬਹੁਤ ਵਧੀਆ। ਸਕਰੀਨ ਜਿਹੜੀ ਕਿੰਨੇ ਇੰਚ ਦੀ ਸਕਰੀਨ ਮਿਲਦੀ ਹੈ? ਸਕਰੀਨ ਇਹਦੇ 'ਚ 8 ਇੰਚ ਦੀ ਸਕਰੀਨ ਦਿੱਤੀ ਹੋਈ ਆ, ਇਹ ਇਸ ਕਰਕੇ ਸਿਰਫ ਡਰਾਈਵਰ ਔਰ ਪੈਸੰਜਰ ਵਾਸਤੇ, ਫਰੰਟ ਸੀਟ ਵਾਸਤੇ ਸਕਰੀਨ ਦਿੱਤੀ ਆ 8 ਇੰਚ ਦੀ। ਜਿਹੜੀਆਂ ਰੇਅਰ ਸੀਟ ਸਕਰੀਨਸ ਦਿੱਤੀਆਂ ਨੇ ਉਹ 10 ਇੰਚ ਦੀਆਂ ਦੋ ਸਕਰੀਨਸ ਆ ਜਾਂਦੀਆਂ, ਇੱਕ 10 ਇੰਚ ਦੀ ਇੱਧਰਲੀ ਸੀਟ 'ਤੇ ਆ ਜਾਏਗੀ, 10 ਇੰਚ ਦੀ ਦੂਸਰੀ ਸੀਟ। ਔਰ ਦੋਵਾਂ ਨੂੰ ਆਪਾਂ ਜੇ ਕੰਬਾਈਨ ਕਰਨਾ, ਦੋਵਾਂ 'ਚ ਇੱਕੋ ਵੀਡੀਓ ਚਲਾਉਣੀ ਹੈ, ਇੱਕ ਵੀਡੀਓ ਵੀ ਚਲਾ ਸਕਦੇ ਹਾਂ, ਦੋਵਾਂ 'ਚ ਵੱਖਰੀ ਵੱਖਰੀ ਵੀਡੀਓ ਵੀ ਚਲਾ ਸਕਦੇ ਹਾਂ। ਅਤੇ ਤੁਸੀਂ ਦੇਖ ਸਕਦੇ ਦੋ ਤੁਹਾਨੂੰ ਕੱਪ ਹੋਲਡਰ ਮਿਲਦੇ ਆ ਸਰ, ਵਾਇਰਲੈਸ ਚਾਰਜਰ ਮਿਲਦਾ ਇਹਦੇ 'ਚ, ਵਾਇਰਲੈਸ ਚਾਰਜਰ ਵੀ ਆਏਗਾ ਟੋਪ ਐਂਡ ਮਾਡਲ ਦੇ ਵਿੱਚ ਬਿਲਕੁਲ, ਇਹਦੇ 'ਚ ਨਹੀਂ ਮਿਲਦਾ ਤੁਹਾਨੂੰ ਵਾਇਰਲੈਸ ਚਾਰਜਰ, ਉਹ ਟੋਪ ਮਾਡਲ 'ਚ ਮਿਲੂਗਾ। ਟੋਪ ਮਾਡਲ 'ਚ ਵਾਇਰਲੈਸ ਚਾਰਜਰ ਪਲੱਸ ਇਲੈਕਟ੍ਰਿਕ ਪਾਰਕਿੰਗ ਬ੍ਰੇਕ ਆ ਜਾਏਗੀ ਇਸ ਜਗ੍ਹਾ 'ਤੇ, ਹੈਂਡ ਬ੍ਰੇਕ ਜਿਹੜੀ ਆ ਆਪਾਂ ਬਸ ਬਟਨ ਪ੍ਰੈਸ ਕਰਨਾ, ਹੈਂਡ ਬ੍ਰੇਕ ਲੱਗ ਜਾਂਦੀ ਹੈ। ਬਾਕੀ ਤੁਸੀਂ ਗਲੋ ਬੋਕਸ ਚੈੱਕ ਕਰ ਸਕਦੇ, ਇਹ ਤੁਹਾਨੂੰ ਕਾਫੀ ਸਪੇਸ ਮਿਲਦੀ ਆ, ਅਤੇ ਦੋ ਗਲਬ ਬੋਕਸ ਦਿੱਤੇ ਹੋਏ, ਉੱਪਰ ਵੀ ਤੁਸੀਂ ਦੇਖ ਸਕਦੇ। ਜਿਹੜਾ ਨੀਚੇ ਵਾਲਾ ਗਲਬ ਬੋਕਸ ਆ ਉਹਦੇ ਵਿੱਚ ਜਿਹੜਾ ਵਾ ਆਪਸ਼ਨ ਹੈਗੀ ਆ ਰੈਫਰੀਜਰੇਟਰ ਦੀ ਵੀ, ਠੀਕ ਆ, ਪੁਆਇੰਟ ਦਿੱਤਾ ਹੋਇਆ ਵਾ ਸੈਂਟਰ ਦੇ ਵਿੱਚ ਜਿਹੜਾ ਗੋਲ, ਇਹਦੇ ਵਿੱਚ ਰੈਫਰੀਜਰੇਟਰ ਆਪਾਂ ਜਿਹੜਾ ਵਾ ਇੰਸਟਾਲ ਕਰਵਾ ਸਕਦੇ ਹਾਂ। ਠੀਕ, ਬਾਕੀ ਤੁਸੀਂ ਆਮਰੈਸਟ ਵੀ ਦੇਖ ਸਕਦੇ ਖੋਲਿਆ ਸਰ, ਆਮਰੈਸਟ ਦੇ ਵਿੱਚ ਵੀ ਜਿਹੜਾ ਦੋ ਚਾਰਜਿੰਗ ਪੁਆਇੰਟ ਦਿੱਤੇ ਹੋਏ, 12 ਵੋਲਟ ਦਾ ਚਾਰਜਿੰਗ, 12 ਵੋਲਟ ਦੇ ਚਾਰਜਿੰਗ ਸਾਕਟ ਦੇਖ ਸਕਦੇ ਤੁਸੀਂ, ਔਰ ਫਾਸਟ ਚਾਰਜਰ ਦੇਖ ਸਕਦੇ, ਲੈਪਟਾਪ ਛੋਟਾ ਜਾਂ ਆਪਾਂ ਇਹਦੇ 'ਚ ਕੈਰੀ ਕਰ ਸਕਦੇ ਹਾਂ ਆਪਣਾ ਟੈਬਲੇਟ। ਇੱਕ ਚਾਰ 12 ਵੋਲਟ ਚਾਰਜਿੰਗ ਸਾਕਟ ਇੱਥੇ ਮਿਲਦਾ, ਇੱਕ ਯੂ ਐਸ ਬੀ ਸਾਕਟ ਮਿਲਦਾ ਤੁਹਾਨੂੰ ਇੱਕ ਸਾਈਡ 'ਤੇ, ਤੁਹਾਡੀ ਸੀਟ 'ਤੇ ਥੱਲੀ ਸਾਈਡ 'ਤੇ ਮਿਲੇਗਾ। 12 ਵੋਲਟ ਦੇ ਚਾਰਜਿੰਗ ਪੁਆਇੰਟ ਦੇ ਵਿੱਚ ਕਾਫੀ ਨੇ, ਲਾਸਟ ਦਿੱਕੀ ਤੱਕ ਆਪਾਂ ਇੱਧਰ ਵੀ ਤੁਸੀਂ ਦੇਖ ਸਕਦੇ ਬਹੁਤ ਜ਼ਿਆਦਾ ਜਿਹੜੀ ਸਪੇਸ ਆ ਪਿਆ, ਇੱਧਰ ਆਪਾਂ ਦੋ ਲੀਟਰ ਦੀ ਬੋਟਲ ਤੁਸੀਂ ਪਾਣੀ ਦੀ ਰੱਖ ਸਕਦੇ, ਅਤੇ ਬਾਕੀ ਇੱਧਰ ਵੀ ਤੁਸੀਂ ਫਿਨਿਸ਼ ਦੇਖ ਸਕਦੇ, ਡਿਊਲ ਟੋਨ ਦਾ ਇੰਟੀਰੀਅਰ ਤੁਹਾਨੂੰ ਮਿਲਦਾ ਵਾ। ਪਿੱਛੇ ਦੀ ਸੀਟ 'ਚ ਆਪਾਂ ਜੇ ਗੱਲ ਕਰਨੀ, ਆਈ ਕੰਟੈਕਟ ਬਣਾ ਕੇ ਇਹ ਵੀ ਦਿੱਤਾ ਹੋਇਆ ਉਹਦੇ ਵਾਸਤੇ, ਸਨਰੂਫ ਤੁਸੀਂ ਦੇਖ ਸਕਦੇ, ਦੋ ਸਨਰੂਫ, ਡਬਲ ਸਨਰੂਫ ਤੁਹਾਨੂੰ ਮਿਲਦਾ। ਆਹ ਤੁਸੀਂ ਦੇਖ ਸਕਦੇ ਤੁਹਾਨੂੰ 4 ਕੰਟਰੋਲ ਬਟਨ ਮਿਲਦੇ ਆ, ਅਤੇ ਆਪਣੀਆਂ ਗੱਡੇ 'ਚ ਬਹਿ ਕੇ ਆਪਾਂ ਗੱਲ ਕਰਦੇ ਹਾਂ। ਆਟੋਮੈਟਿਕ ਗੱਡੀ ਹੈਗੀ ਹੈ ਕਾਰਨੀਵਾਲ ਜਿਹੜੀ, ਇਹ ਜਿਹੜਾ ਇਹਦਾ ਵੇਰੀਅੰਟ ਹੈਗਾ ਵਾ, ਇਹ ਇਹ 'ਚ 3 ਵੇਰੀਅੰਟ ਆਉਂਦੇ ਆ, ਇਹ ਸੈਕਿੰਡ ਵੇਰੀਅੰਟ ਆ, ਤੁਸੀਂ ਦੇਖ ਸਕਦੇ ਸਾਰਾ। ਇਹ 'ਚ ਦੇਖ ਸਕਦੇ ਤੁਹਾਨੂੰ ਪਾਵਰ ਬਟਨ ਮਿਲਦੇ ਆ, ਇਲੈਕਟ੍ਰੋਨਿਕ ਓ ਆਰ ਵੀ ਐਮ ਮਿਲਦੇ ਆ ਇਹਦੇ 'ਚ ਤੁਹਾਨੂੰ, ਅਤੇ ਸਨਰੂਫ ਦੇ ਕੰਟਰੋਲ ਸਾਰੇ, ਬਾਕੀ ਆਟੋਮੈਟਿਕ ਹੈਗੀ ਆ ਗੱਡੀ ਸਾਰੀ। ਆਟੋਮੈਟਿਕ ਏ ਸੀ ਆ ਇਹਦੇ 'ਚ, ਅਤੇ ਇਹਦੇ ਨਾਲ ਤੁਸੀਂ ਆਪਣਾ ਫੋਨ ਵੀ ਕਨੈਕਟ ਕਰ ਸਕਦੇ ਹੋ, ਜਿਹੜਾ ਕਿ ਬਹੁਤ ਵਧੀਆ ਫੀਚਰ ਹੈਗਾ ਵਾ, ਬਾਕੀ ਸਰ ਨੇ ਤੁਹਾਨੂੰ ਦਿਖਾਇਆ ਹੀ ਆ। ਅਤੇ ਕੀਆ ਦੀ ਬੈਚਿੰਗ ਹੈਂਡਲ ਬਹੁਤ ਸੋਹਣਾ ਵਾ, ਕਰੂਜ਼ ਕੰਟਰੋਲ ਇਹਦੇ ਵਿੱਚ ਤੁਹਾਨੂੰ ਮਿਲਦਾ ਵਾ, ਵੋਇਸ ਕਮਾਂਡ ਮਿਲਦੀ ਇਹਦੇ ਵਿੱਚ, ਤੁਹਾਨੂੰ ਮੋਡ ਚੇਂਜ ਕਰ ਸਕਦੇ, ਵੋਲਿਊਮ ਵਾਧਾ ਆ ਜਾਂ ਘਟਾ ਸਕਦੇ, ਫੋਨ ਚੁੱਕ ਸਕਦੇ ਕੱਟ ਸਕਦੇ, ਤੁਸੀਂ ਆਪਣਾ ਮੀਟਰ ਤੁਸੀਂ ਇਹਦਾ ਆਪਣਾ ਚੈੱਕ ਕਰ ਸਕਦੇ ਹੋ, ਜੋ ਕਿ ਬਹੁਤ ਸੋਹਣਾ ਇਹਦੇ ਫੀਚਰ ਹੈਗਾ ਵਾ। ਸਰ ਹੁਣੀ ਹੁਣ ਤੁਹਾਨੂੰ ਪ੍ਰਾਈਜ਼ ਦੱਸਣਗੇ, ਇਹ ਜਿਹੜਾ ਆਪਾਂ ਮਾਡਲ ਦੇਖਿਆ ਇਹਦਾ ਕੀ ਪ੍ਰਾਈਸ ਹੈ? ਇਹ ਸਰ ਹੈਗਾ ਆਪਣਾ ਆਪਣਾ 28 ਲੱਖ, ਅਤੇ ਜਿਹੜਾ 95,000 ਦਾ ਔਨ ਰੋਡ ਪ੍ਰਾਈਸ ਹੈ, ਇਹਦਾ ਮਿਡਲ ਮਾਡਲ ਹੈ, ਪ੍ਰੈਸਟੀਜ ਮਾਡਲ 7 ਸੀਟਰ ਦੇ ਵਿੱਚ। ਠੀਕ ਹੈ, ਔਨ ਰੋਡ ਪ੍ਰਾਈਸ ਜਿਹੜਾ ਇਹਦਾ ਆਉਂਦਾ ਵਾ 33 ਲੱਖ ਅਤੇ 60,000 ਔਨ ਰੋਡ ਪ੍ਰਾਈਸ। ਸਰ ਉਹਨੇ ਦੱਸਿਆ ਜਿਹੜਾ ਆਪਾਂ ਮਾਡਲ ਹੁਣੇ ਦੇਖਿਆ ਵਾ, ਇਹਦਾ 33 ਲੱਖ ਅਤੇ 60,000 ਰੁਪਇਆ ਔਨਲਾਈਨ ਜਿਹੜਾ ਵਾ ਪ੍ਰਾਈਜ਼ ਇਹਦਾ ਹੈਗਾ ਵਾ ਔਨ ਰੋਡ। ਜਿਹੜਾ ਇਹਦਾ 9 ਸੀਟਰ ਮਾਡਲ ਆ ਸਾਹਮਣੇ, ਉਹਦਾ 1 ਲੱਖ ਰੁਪਇਆ ਪ੍ਰਾਈਜ਼ ਜ਼ਿਆਦਾ ਵਾ, ਉਹਦਾ 32 ਲੱਖ, ਅਤੇ ਆਪਣਾ 34,60,000। ਇਹਦੇ 3 ਵੇਰੀਅੰਟ ਆਉਂਦੇ, ਜਿਹੜਾ ਸੀਗਾ ਇਹ ਸੈਕਿੰਡ ਵੇਰੀਅੰਟ ਸੀਗਾ, ਅਤੇ ਇੱਕ ਇਹਦੇ ਟੋਪ ਮਾਡਲ ਵੀ ਆਉਂਦਾ ਵਾ, ਉਹਦੇ ਹੋਰ ਫੀਚਰ ਜਿਹੜੇ ਹੈਗੇ ਵੱਧ, ਉਹਦਾ ਪ੍ਰਾਈਜ਼ ਵੀ ਇਹਦੇ ਨਾਲੋਂ ਵੱਧ ਆ। ਅਤੇ
ਠੀਕ ਆ, ਥੈਂਕ ਯੂ ਸਰ ਬਹੁਤ ਬਹੁਤ ਤੁਹਾਡਾ।